ਹਾਂਜੀ ਅਕਾਲੇ ਖਾਲਾ ਅ ਕੱਲ ਇੱਕ ਸਵਾਲ ਪੁੱਛਿਆ ਗਿਆ ਸੀਗਾ ਅ ਕਿਸੇ ਲਾਈਵ ਤੇ ਸੀਗੇ ਤੇ ਜਿਨ੍ਹਾਂ ਨੇ ਸਵਾਲ ਪੁੱਛਿਆ ਸੀ ਬਹੁਤ ਹੀ ਗੁਰਬਾਣੀ ਤੇ ਉਹ ਜਾਣਕਾਰ ਆ ਉਹਨਾਂ ਦੀ ਬਹੁਤ ਹੀ ਅੱਛੀ ਪਕੜ ਹੈ ਗੁਰਬਾਣੀ ਤੇ ਲਾਢੀ ਜੀ ਦੀ ਤੇ ਫਿਰ ਹੋਰ ਵੀ ਜਿਨੇ ਸੀਗੇ ਬੈਠੇ ਉਸ ਲਾਈਵ ਤੇ ਤੇ ਉਹਨਾਂ ਦਾ ਵੀ ਉਹਨਾਂ ਦਾ ਵੀ ਇਹੋ ਹੀ ਸਵਾਲ ਸੀ ਜਿੱਥੇ ਤੱਕ ਮੈਨੂੰ ਫੀਲ ਹੋਇਆ ਹਨਾ ਜਦੋਂ ਦੱਸਿਆ ਗਿਆ ਕਿ ਮੈਂ ਜਦੋਂ ਪਗਵਨ ਵਾਲਮੀਕੀ ਤੇ ਜਿਆਦਾ ਨਾ ਸਟੱਡੀ ਕੀਤੀ ਹੋਈ ਆ ਤੇ ਜੋਗ ਸ਼ਿਸ਼ਟ ਉਹਨਾਂ ਦਾ ਗ੍ਰੰਥ ਹੈ ਉਹਨਾਂ ਤੇ ਸਟੱਡੀ ਕੀਤੀ ਹੋਈ ਆ ਤੇ ਉਸ ਸਵਾਲ ਜਿੱਦਾਂ ਇੱਕਦਮ ਉੱਠਿਆ ਉੱਠਿਆ ਨਾ ਤੇ ਉਹ ਉੱਠਣਾ ਸੁਭਾਵਿਕ ਵੀ ਆ ਕਿਉਂਕਿ ਬਹੁਤ ਵਾਰ ਨਾ ਲੋਕ ਉਸ ਚੀਜ਼ ਨੂੰ ਕਲੀਅਰ ਕਰਨਾ ਚਾਹੁੰਦੇ ਆ ਤੇ ਬਹੁਤ ਵਾਰ ਜਿਹੜਾ ਵਾਲਮੀਕੀ ਸਮਾਜ ਆ ਉਸ ਚੀਜ਼ ਨੂੰ ਗੁੱਸੇ ਦੇ ਨਾਲ ਪੜਿਤਕ ਦਿੰਦਾ ਆ ਤੇ ਉਸ ਚੀਜ਼ ਨੂੰ ਕਲੀਅਰ ਨਹੀਂ ਕਰ ਹੁੰਦਾ ਕਿ ਹੈ ਚੀਜ਼ ਕੀ ਆ ਅਸਲ ਵਿੱਚ ਇਹ ਸ਼ੁਰੂ ਹੋਇਆ ਸੀਗਾ 14ਵੀਂ ਸਦੀ ਤੋਂ ਤੁਲਸੀਦਾਸ ਤੋਂ ਬੇਨਰ ਮਾਲੀ ਕਿਸੇ ਉਧਰ ਇਹਨਾਂ ਦਾ ਜਿਹੜਾ ਗੁਰੂ ਰਵਿਦਾਸ ਜੀ ਨਾਲ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਪਛਤੇ ਪੰਦੇ ਰਹਿੰਦੇ ਸੀਗੇ ਤੇ ਐਂਡ ਤੇ ਤੁਸੀਂ ਦੇਖਿਆ ਉਹਨਾਂ ਨੂੰ ਜਿਦਾਂ ਬਹੁਤ ਸਾਰਾ ਇਸ ਤਰ੍ਹਾਂ ਦੇ ਗੱਲਾਂ ਇਹਨਾਂ ਨੇ ਕਹੀਆਂ ਸੀਗੀਆਂ ਗੁਰੂ ਰਵਿਦਾਸ ਜੀ ਨੂੰ ਤੇ ਉਦੋਂ ਗੁਰੂ ਰਵਿਦਾਸ ਜੀ ਨੇ ਇੱਕ ਸ਼ਬਦ ਲਿਖਿਆ ਸੀ ਕਿਦਾਰਾ ਵਿੱਚ ਰੇਟ ਜਿਤ ਦੇ ਚੇਤ ਚੇਤ ਵਾਲਮੀ ਕਾਹੇ ਨਾ ਦੇਖ ਉਹ ਕਹਿੰਦੇ ਵਾਲਮੀ ਨੂੰ ਤੁਕਾਤੇ ਨਹੀਂ ਦੇਖਦਾ ਨਾ ਜਿਹੜੇ ਇੰਨੇ ਇੰਨਾ ਜਨਰਲ ਦਾ ਉੱਚਾ ਪਦ ਸੀਗਾ ਤੇ ਕਾਫੀ ਲੰਬਾ ਉਹ ਹੋ ਹੈਗਾ ਕਿਦਾਰਾ ਸ਼ਬਦ ਮੈਂ ਇਸ ਵੀਡੀਓ ਵਿੱਚ ਨਹੀਂ ਕਹਾਂਗਾ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਚੁਗੀ ਤੇ ਉਸ ਵੇਲੇ ਫਿਰ ਇੱਕ ਕਹਾਣੀ ਖੜੀ ਗਈ ਅ ਤੁਲਸੀदास ਤੋਂ ਬੇਉਣਾ ਜੀ ਵੱਲੋਂ ਤੇ ਉਹਨਾਂ ਨੇ ਫਿਰ ਉਹ ਕਹਾਣੀ ਨੂੰ ਬਹੁਤ ਜ਼ਿਆਦਾ ਸਰਕੂਲੇਟ ਕੀਤਾ ਤਾਂ ਜਦੋਂ ਗੁਰੂਆਂ ਦੇ ਟਾਈਮ ਆਇਆ ਤੇ ਭਾਈ ਗੁਰਦਾਸ ਜੀ ਨੇ ਉਸ ਕਹਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਐਡ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਸੀਗਾ ਇਸ ਗੱਲ ਤੋਂ ਕਿ ਨਹੀਂ ਅਸੀਂ ਤੁਹਾਡਾ ਜਿਹੜਾ ਹੈਗਾ ਆ ਜਿਹੜੀ ਬਾਣੀ ਹੈ ਇਸ ਵਿੱਚ ਨਹੀਂ ਆਵੇਗੀ ਤੇ ਫਿਰ ਕਿਉਂਕਿ ਉਹਦੇ ਵਿੱਚ ਹੋਰ ਵੀ ਕਈ ਕਈ ਸਗੇ ਜਿਹੜੇ ਗੁਰੂ ਸਗੇ ਉਹਨਾਂ ਨੂੰ ਪਾਗਤ ਕਿਹਾ ਗਿਆ ਸੀ ਉਹਨਾਂ ਨੂੰ ਇਸ ਤਰ੍ਹਾਂ ਲਿਖਿਆ ਗਿਆ ਸੀਗਾ ਕਿ ਉਹ ਜਿਹੜੇ ਰੱਬ ਨੂੰ ਨੇ ਨੇ ਮਿਲੇ ਹੋਏ ਪਰ ਉਹਨਾਂ ਦੀ ਜਿਹੜੀ ਬਾਣੀ ਬਹੁਤ ਜ਼ਿਆਦਾ ਵਧੀਆ ਸੀਗੀ ਇਸ ਤਰ੍ਹਾਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰ ਲਿਆ ਗਿਆ ਸੀਗਾ ਤਾਂ ਇਸ ਲਈ ਗੁਰੂਆਂ ਨੂੰ ਪਤਾ ਲੱਗ ਗਿਆ ਸੀ ਗੁਰੂ ਅਮਰਦਾਸ ਜੀ ਨੂੰ ਪਤਾ ਲੱਗ ਗਿਆ ਸੀਗਾ ਕਿ ਨਹੀਂ ਅਸੀਂ ਇਹ ਇਹਨਾਂ ਦੀ ਬਾਣੀ ਇਦੇ ਵਿੱਚ ਨਹੀਂ ਸ਼ਾਮਲ ਕਰ ਸਕਦੇ ਕਿਉਂਕਿ ਗੁਰੂ ਗੁਰਬਾਣੀ ਵਿੱਚ ਉਹ ਲਿਖਣਾ ਸਿਰਫ ਸੱਚੇ ਆਪਣੇ ਰੱਖਣਾ ਚਾਹੁੰਦੇ ਸੀ ਨਾ ਕਿ ਹੋਰ ਇਧਰ ਉਧਰ ਦੀਆਂ ਜਿਹੜੀਆਂ ਝੂਠੀਆਂ ਗੱਲਾਂ ਸੀ ਉਹ ਰੱਖਣਾ ਚਾਹੁੰਦੇ ਸੀ ਤਾਂ ਇਸ ਭਾਈ ਗੁਰਦਾਸ ਜੀ ਦੇ ਇਸ ਵਾਰ ਨੂੰ ਫਿਰ ਅਸੀਂ ਸਪੀਰ ਕੋਟ ਵੈਚ ਚੈਲੰਜ ਕੀਤਾ ਸੀ ਦੇ ਦੇ ਵਿੱਚ ਇਹ ਅਸੀਂ ਤੱਥਾਂ ਦੇ ਆਧਾਰ ਤੇ ਬਖਸ਼ੀਸ਼ ਸਿੰਘ ạtਵਾਲ ਗਿਆਨੀ ਬਖਸ਼ੀਸ਼ ਸਿੰਘ ạtਵਾਲ ਸੀਗੇ ਉਹਨਾਂ ਨੇ ਉਸ ਕਹਾਣੀ ਨੂੰ ਝੂਠਾ ਕਿ ਤਾਂ ਸੀਗਾ કહਾਇਆ ਸੀਗਾ ਤੇ ਉਸ ਕੇ ਸੁਸਚਿੱਤਿਆ ਸੀ ਗਿਆਨੀ ਬਖਸ਼ੀ ਸਿੰਘ ਅਟਵਰ ਨਕੂਦਰ ਦੇ ਲਾਗੇ ਰਹਿੰਦੇ ਸੀਗੇ ਤੇ ਬਾਬਾ ਮਾਲਜੀ ਦੇ ਬਹੁਤ ਜਿਆਦੇ ਪਿਆਰੇ ਸੇਵਕ ਸੀ ਤਾਂ ਇਸ ਤਰ੍ਹਾਂ ਉਹ ਗੱਲ ਅਸੀਂ ਕਲੀਅਰ ਕੀਤੀ ਸੀ ਪਰ ਬਹੁਤ ਸਾਰੇ ਜਿਹੜੇ ਲੋਕ ਹੈ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੀਆਂ ਇਹ ਭਾਈ ਗੁਰਦਾਸ ਜੀ ਦੀ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਿਲਕੁਲ ਅਲੱਗ ਹੈ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਲਕੁਲ ਵੀ ਨਹੀਂ ਹੈ ਤਾਂ ਇਸ ਲਈ ਸਾਨੂੰ ਇਹਨਾਂ ਗੱਲਾਂ ਦੇ ਬਹੁਤ ਸਾਰਾ ਸਾਨੂੰ ਦੇਖਣਾ ਪੈਣਾ ਆ ਕਿ ਕਿੱਥੇ ਸੱਚ ਆ ਕਿੱਥੇ ਝੂਠ ਆ ਤੇ ਆ ਆਪ ਹੌਪ ਕਿ ਤੁਹਾਡਾ ਜਿਹੜਾ ਹੈਗਾ ਆ ਕੁਐਸਚਨ ਜਿਹੜਾ ਕਲੀਅਰ ਹੋਇਆ ਹੋਊਗਾ ਨਹੀਂ ਹੋਇਆ ਤੇ ਮੈਂ ਜ਼ਰੂਰ ਅਗਲੇ ਵੀਡੀਓ ਵਿੱਚ ਉਹਦਾ ਜਿਕਰ ਜ਼ਰੂਰ ਕਰੂੰਗਾ ਅਕਾਲ ਹੀ ਕਾਲ ਹੈ ਜੈ ਭਗਵਾਨ ਵਾਲਮੀਕ ਜੀ ਸਤਿ ਸ੍ਰੀ ਅਕਾਲ